We are from Fortil Islets Institute, Circular Road, opposite New Model School, Faridkot. Okay, ji, let's start with the today's cue card. Something you bought but did not use much. Okay, jo pehli journal line hai, unho apa tin tarike naal likh sakde hain. First one, oh, I just love shopping. Ja, or I am a shopaholic person. Or I can shop like mad. मैं पागलां दी तरह शॉप कर सकना, शॉपिंग कर सकना, जो भी है. हाँ जी, नेक्स्ट. हेयर आई वुड लाइक टू टॉक अबाउट अ पीस ऑफ क्लोथ दैट आई वोर वंस. इतने मैं गल कर जा रहा एक पीस ऑफ क्लोथ दी, मतलब कपड़िया दी, जो कि मैं एक बार ही पाई. चलो जी. एक्चुअली इट वॉज माई सिस्टर्स वैडिंग लास्ट ईयर. दरअसल दे विच मेरी भैन का विआह सी पिछले साल. आई वॉज वेरी एक्साइटेड फॉर दैट. ਅਤੇ ਮੈਨੂੰ ਬਹੁਤ ਚਾਅ ਸੀ ਉਹਦੇ ਭੈਣ ਦੀ ਵਿਆਹ ਦਾ. ਐਂਡ ਆਈ ਡਿਡ ਅ ਲੋਟ ਆਫ ਸ਼ੋਪਿੰਗ ਰੇਂਜਿੰਗ ਫਰੋਮ ਬਾਇੰਗ ਅ ਪਿੰਕ ਗਾਊਨ, ਮੈਚਿੰਗ ਅਸੈਸਰੀਜ, ਮੈਚਿੰਗ ਹੀਲਸ, ਸੈਂਡਲਸ, ਫੁੱਟਵੀਅਰਸ ਐਂਡ ਵੋਟ ਨੋਟ. ਮੈਨੂੰ ਬਹੁਤ ਚਾਅ ਸੀ ਅਤੇ ਮੈਂ ਬਹੁਤ ਸਾਰੀ ਸ਼ੋਪਿੰਗ ਕੀਤੀ. ਕੀ ਸ਼ੋਪ ਕੀਤਾ? ਪਿੰਕ ਗਾਊਨ ਬਾਏ ਕੀਤਾ, ਉਹਦੇ ਨਾਲ ਮੈਚਿੰਗ ਅਸੈਸਰੀਜ਼, ਮਤਲਬ ਜਵੈਲਰੀਜ਼ ਜਾਂ ਕੁਛ ਵੀ ਆ, ਪੀਸ ਆਫ ਆਈਟਮਸ, ਉਹ ਬਾਏ ਕੀਤੀਆਂ. ਮੈਚਿੰਗ ਹੀਲਸ, ਮਤਲਬ ਹੀਲਸ ਵੀ ਕਹਿ ਸਕਦੇ ਹੋ ਕੁੜੀਆਂ ਲਈ ਹੈਗਾ, ਸੈਂਡਲਸ ਵੀ ਕਹਿ ਸਕਦੇ ਹੋ, ਫੁੱਟਵੀਅਰਸ ਵੀ ਕਹਿ ਸਕਦੇ ਹੋ, ਐਂਡ ਵੋਟ ਨੋਟ. ਅਤੇ ਕੀ ਕੁਛ ਨਹੀਂ, ਵੋਟ ਨੋਟ ਮਤਲਬ ਅਤੇ ਕੀ ਕੁਛ ਨਹੀਂ. ਔਨ ਦ ਵੈਡਿੰਗ ਡੇ ਆਈ ਗੋਟ ਰੈਡੀ ਬਾਏ ਵੀਰਿੰਗ ਦੈਟ ਪਿੰਕ ਗਾਊਨ. ਵਿਆਹ ਵਾਲੇ ਦਿਨ ਮੈਂ ਉਹ ਪਿੰਕ ਗਾਊਨ ਪਾ ਕੇ ਤਿਆਰ ਹੋਈ. ਐਂਡ ਆਈ ਵਾਸ ਪੈਂਪਰਿੰਗ ਮਾਈ ਸੈਲਫ ਬਾਈ ਲੁਕਿੰਗ ਐਟ ਦ ਮਿਰਰ. ਅਤੇ ਮੈਂ ਆਪਦੇ ਆਪ ਨੂੰ ਆਪਦਾ ਕੰਫੀਡੈਂਸ ਬੂਸਟ ਕਰ ਰਹੀ ਸੀ, ਜਾਂ ਮੈਂ ਕਹਿ ਰਹੇ ਹੁੰਦੇ ਹਾਂ ਕਿ ਆਪਾਂ ਥੋੜ੍ਹਾ ਜਿਹਾ ਆਪਦੇ ਆਪ ਨੂੰ ਪੈਂਪਰ ਕਰ ਰਹੇ ਸੀਗੇ. ਸ਼ੀਸ਼ੇ ਵਿੱਚ ਦੇਖ ਕੇ ਮੈਂ ਦੇਖ ਰਹੀ ਸੀ ਕਿ ਮੈਂ ਸੋਹਣੀ ਲੱਗ ਰਹੀ ਹਾਂ, ਮੈਂ ਆਪਦੇ ਆਪ ਨੂੰ ਪੈਂਪਰ ਕਰ ਰਹੀ ਸੀ. ਆਈ ਰਿਸੀਵਡ ਮੈਨੀ ਕੰਪਲੀਮੈਂਟਸ ਫਰੋਮ ਮਾਈ ਬੀਲਵਡ ਵਨਸ. ਮੈਂ ਬਹੁਤ ਸਾਰੇ ਕੰਪਲੀਮੈਂਟਸ, ਮਤਲਬ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਬਹੁਤ ਸੋਹਣਾ ਲੱਗ ਰਿਹਾ, ਤੇਰੇ ਗਾਊਨ ਸੋਹਣਾ ਲੱਗ ਰਿਹਾ, ਜਾਂ ਤੂੰ ਸੋਹਣੀ ਲੱਗ ਰਹੀ. ਕੰਪਲੀਮੈਂਟਸ ਰਿਸੀਵ ਕੀਤੇ ਆਪਦੇ ਰਿਸ਼ਤੇਦਾਰਾਂ ਤੋਂ. ਬਿਲਵਡ ਵਨਸ ਮੀਨਸ ਰੈਲੇਟਿਵਸ, ਫਰੈਂਡਸ, ਜਾਂ ਜੋ ਵੀ ਨੇੜ ਦੇ, ਜੋ ਵੀ ਆਪਣੇ ਕਲੋਜ਼ ਫਰੈਂਡਸ ਹੁੰਦੇ ਆ. ਇਵੈਂਚੁਅਲੀ ਮੀਨਸ ਫਾਈਨਲੀ, ਵੀ ਆਲ ਰੀਚ ਦ ਪੈਲਸ. ਫਾਈਨਲੀ ਅਸੀਂ ਸਾਰੇ ਇੱਕ ਪੈਲਸ ਦੇ ਵਿੱਚ ਪਹੁੰਚੇ, ਵੇਅਰ ਮੈਰਿਜ ਫੰਕਸ਼ਨ ਵਾਸ ਔਰਗਨਾਈਜ਼ਡ. ਅਸੀਂ ਉਹ ਪੈਲਸ ਦੇ ਵਿੱਚ ਪਹੁੰਚੇ ਜਿੱਥੇ ਮੈਰਿਜ ਫੰਕਸ਼ਨ ਔਰਗਨਾਈਜ਼ ਕੀਤਾ ਗਿਆ ਸੀ. ਵੀ ਪਰਫੋਰਮਡ ਆਲ ਦ ਸੈਰਮਨੀਜ਼ ਐਂਡ ਰਿਚੁਅਲਸ ਆਫ ਆਰ ਕਲਚਰ. ਮਤਲਬ ਜੋ ਵੀ ਵਿਆਹ ਦੇ ਜੋ ਬਿਹਾਰ ਹੁੰਦੇ ਨੇ, ਜੋ ਆਪਾਂ ਰਿਚੁਅਲਸ ਪਰਫੋਰਮ ਕਰਦੇ ਹਾਂ, ਪਰਫੋਰਮ ਮੀਨਸ ਅਸੀਂ ਕੀਤੇ, ਅਸੀਂ ਮਤਲਬ ਆਪਦੇ ਕਲਚਰ ਦੇ ਅਕੋਰਡਿੰਗ ਉਹ ਸਾਰੇ ਬਿਹਾਰ, ਮਤਲਬ ਸਾਰੇ ਟ੍ਰਡੀਸ਼ਨਸ ਫੋਲੋ ਕੀਤੇ. ਦੈਨ ਵੀ ਰੈਲਿਸ਼ਡ ਵੇਰੀਅਸ ਕੋਸੀਨਸ ਐਂਡ ਆਲਸੋ ਇੰਜੋਇਡ ਬਾਈ ਡਾਂਸਿੰਗ ਔਨ ਦ ਡੀਜੇ ਫਲੋ. ਰੈਲਿਸ਼ ਮੀਨਸ ਅਸੀਂ ਬਹੁਤ ਸਾਰੇ ਭੋਜਨਾਂ ਦਾ ਸਵਾਦ ਚੱਖਿਆ, ਜਾਂ ਕੁਛ ਵੀ, ਅਸੀਂ ਬਹੁਤ ਸਾਰੇ ਭੋਜਨ, ਡਿਫਰੈਂਟ ਵਰਾਇਟੀਜ਼ ਆਫ ਫੂਡਸ ਅਸੀਂ ਇੰਜੋਏ ਕੀਤੇ. ਅਤੇ ਅਸੀਂ ਇੰਜੋਏ ਕੀਤਾ, ਕਿਵੇਂ ਇੰਜੋਏ ਕੀਤਾ? ਡਾਂਸ ਕਰਕੇ ਡੀਜੇ ਫਲੋਰ 'ਤੇ. ਦੈਨ ਐਟ ਨਾਈਟ ਆਫਟਰ ਕੰਪਲੀਸ਼ਨ ਆਫ ਵੈਡਿੰਗ ਸੈਰਮਨੀ ਵੀ ਰਿਟਰਨਡ ਹੋਮ ਹੈਪੀਲੀ. ਰਾਤ ਨੂੰ ਅਸੀਂ ਘਰ ਪਹੁੰਚੇ. ਵਿਆਹ, ਜਿਹੜੀ ਵਿਆਹ ਵਾਲੀ ਸੈਰਮਨੀ ਸੀ, ਜਾਂ ਵਿਆਹ ਦੀਆਂ ਸਾਰੀਆਂ ਰਸਮਾਂ ਖਤਮ ਕਰਕੇ, ਔਨ ਦ ਵੈਰੀ ਨੈਕਸਟ ਡੇ, ਅਗਲੇ ਹੀ ਦਿਨ, ਔਨ ਦ ਵੈਰੀ ਨੈਕਸਟ ਡੇ ਮਤਲਬ ਅਗਲੇ ਹੀ ਦਿਨ, ਮਾਈ ਮਦਰ ਵਾਸ਼ਡ ਮਾਈ ਗਾਊਨ. ਮੇਰੀ ਮਦਰ ਨੇ ਉਹ ਜੋ ਗਾਊਨ ਸੀ ਉਹਨੂੰ ਵਾਸ਼ ਕੀਤਾ. ਅਨਫੋਰਚੂਨੇਟਲੀ, ਬਦਕਿਸਮਤੀ ਨਾਲ, ਇਟ ਗੋਟ ਸ਼ਰੰਕ. ਅਤੇ ਉਹ ਸ਼ਰੰਕ ਹੋ ਗਿਆ. ਸ਼ਰੰਕ ਮਤਲਬ ਸੁੰਗੜ ਗਿਆ, ਜਾਂ ਤੁਸੀਂ ਕਹਿ ਸਕਦੇ ਹੋ ਮਾਈ ਡਰੈਸ ਇਟ ਗੋਟ ਸ਼ੋਰਟਰ. ਸ਼ੋਰਟਰ ਮੀਨਸ ਉਹ ਛੋਟਾ ਹੋ ਗਿਆ. ਇਟ ਗੋਟ ਸ਼ੋਰਟਰ. ਬਦਕਿਸਮਤੀ ਨਾਲ ਉਹ ਛੋਟਾ ਹੋ ਗਿਆ ਜਾਂ ਸ਼ਰੰਕ ਹੋ ਗਿਆ. ਆਈ ਫੈਲਟ ਡਿਸਅਪੋਇੰਟਡ. ਮੈਂ ਬਹੁਤ ਨਿਰਾਸ਼ ਹੋਈ, ਬਿਕੋਜ਼ ਕਿਉਂਕਿ ਆਈ ਵਾਸ ਅਨਏਬਲ ਟੂ ਵੀਅਰ ਇਟ ਅਗੇਨ, ਕਿਉਂਕਿ ਮੈਂ ਉਹਨੂੰ ਦੁਬਾਰੇ ਕਦੇ ਨਹੀਂ ਪਹਿਨ ਸਕਦੀ ਸੀ. ਸੋ ਦਿਸ ਵਾਸ ਦ ਡਰੈਸ ਦੈਟ ਆਈ ਡਿਡ ਨੋਟ ਯੂਜ ਮੱਚ. ਤਾਂ ਕਿ ਇਸ ਤਰ੍ਹਾਂ ਨਾਲ ਇਹ ਇੱਕ ਡਰੈਸ ਸੀ ਜੋ ਮੈਂ ਜ਼ਿਆਦਾ ਯੂਜ ਨਹੀਂ ਕੀਤੀ. ਗਾਇਸ, ਜੇ ਤੁਹਾਨੂੰ ਮੇਰਾ ਕਿਊ ਕਾਰਡ ਟਿਪਸ ਵਧੀਆ ਲੱਗਦੇ ਨੇ, ਪਲੀਜ਼ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਕਮੈਂਟ ਪੋਸਟ ਕਰੋ. ਜੇ ਤੁਹਾਡੀ ਕੋਈ ਕਿਊਰੀ ਆ, ਕੁਛ ਵੀ ਹੈ, ਤੁਹਾਨੂੰ ਕਿਸੇ ਵੀ ਕਿਊ ਕਾਰਡ ਦੇ ਵਿੱਚ ਪ੍ਰੋਬਲਮ ਆ, ਪਲੀਜ਼ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੋਸਟ ਕਰਕੇ ਮੈਨੂੰ ਦੱਸ ਸਕਦੇ ਹੋ. ਠੀਕ ਹੈ ਜੀ, ਥੈਂਕ ਯੂ.